ਜਰਨੈਲ ਸਿੰਘ ਜੈਲੀ ਪੰਜਾਬੀ ਮਾਡਰਨ ਨਾਲ ਗੈਂਗਰੇਪ ਬਲੈਕਮੇਲ ਅਤੇ ਅਗਵਾ ਕਰਨ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਪੰਜਾਬੀ ਗਾਇਕ ਜਰਨੈਲ ਸਿੰਘ ਜੈਲੀ ਦੀ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋਵੇਗੀ। ਇਸ ਦੌਰਾਨ ਜੈਲੀ ਦੇ ਧਾਰਾ 506 ਤੇ 313 ਦੇ ਤਹਿ ਦੋਸ਼ ਤਿਆਰ ਕੀਤੇ ਗਏ ਨੇ। ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਮਾਮਲਾ 1 ਅਕਤੂਬਰ 2014 ਦਾ ਹੈ, ਜਿਸ ਵਿੱਚ ਇੱਕ ਮਾਡਰ ਨੇ ਦੋਸ਼ ਲਗਾਇਆ ਸੀ ਕਿ ਪੰਜਾਬੀ ਗਾਇਕੀ ਸਿੱਖਣ ਲਈ ਗਾਇਕ ਜਰਨੈਲ ਸਿੰਘ ਜੈਲੀ ਉਰਫ ਜੈਲੀ ਨਾਲ ਮੁਲਾਕਾਤ ਕੀਤੀ ਸੀ ਤੇ ਜੈਲੀ ਨੇ ਉਸ ਨੂੰ ਗੀਤ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਵਿਚਕਾਰ ਜੈਲੀ ਇੱਕ ਦਿਨ ਮਾਡਰ ਨੂੰ ਬਹਾਨੇ ਦੇ ਨਾਲ ਮੋਹਾਲੀ ਦੇ ਸੈਕਟਰ 57 ਦੇ ਫਲੈਟ 'ਚ ਲੈ ਗਿਆ ਤੇ ਜੈਲੀ ਦੇ ਸਾਥੀ ਪਹਿਲਾਂ ਹੀ ਮੌਜੂਦ ਸੀ, ਜਿਸ ਦੌਰਾਨ ਉਹਨੇ ਮਾਡਰ ਨੂੰ ਕੋਲਡ ਡਰਿੰਕ 'ਚ ਨਸ਼ੀਲਾ ਪਾਊਡਰ ਮਿਲਾ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਦੋਸਤਾਂ ਸਮੇਤ ਜੈਲੀ ਨੇ ਉਸਨੇ ਗੈਂਗ ਰੇਪ ਕੀਤਾ। ਇਸ ਦੌਰਾਨ ਜੈਲੀ ਨੇ ਅਸ਼ਲੀਲ ਵੀਡੀਓ ਵੀ ਤਿਆਰ ਕੀਤਾ ਸੀ। ਇਸ ਦੌਰਾਨ ਮਾਡਲ ਦੀ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ, ਜਿਸ ਦੇ ਆਧਾਰ ਤੇ ਜੈਲੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੇ ਅਨੁਸਾਰ ਜਰਨੈਲ ਸਿੰਘ ਜੈਲੀ ਨੂੰ ਪੰਜਾਬੀ ਸਿੰਗਰ ਨੂੰ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਪਰ ਕਿਤੇ ਵੀ ਮੋਹਾਲੀ ਪੁਲਿਸ ਨੇ ਆਪਣੇ ਉਹਦੇ ਵਿੱਚ ਪਾਇਆ ਨਹੀਂ ਕਿ ਇਹ ਐਫ ਆਈ ਆਰ ਕੈਂਸਲ ਹੋਈ 363-34 ਦੇ ਵਿੱਚ, ਉਹਨਾਂ ਦੇ ਉੱਤੇ ਦੂਸਰੀ ਐਫ ਆਈ ਆਰ ਦੇ ਅੰਦਰ 4 ਸ਼ੀਟ ਤੱਕ ਫਰੇਮ ਹੋ ਚੁੱਕੀ ਹੈ। ਲੇਕਿਨ ਹੋਰ ਮੇਰੇ ਨਾਲ ਕੰਪਲੀਟਲੀ ਇਨਜਸਟਿਸ ਹੈ। ਮੰਤਰੀ ਸਾਹਿਬ ਨੇ ਕੀ ਕਿਹਾ? ਮੈਨੂੰ ਮੰਤਰੀ ਸਾਹਿਬ ਤੋਂ ਮੈਨੂੰ ਪੂਰੀ ਉਮੀਦ ਆ ਵੀ ਹੋਰ ਮੇਰੀ ਹੈਲਪ ਕਰਨਗੇ ਤੇ ਤਾਂ ਹੀ ਇੱਥੇ ਆਈ ਹਾਂ। ਕੀ ਕਿਹਾ ਜੀ ਉਹਨਾਂ ਨੇ? ਕੀ ਕਿਹਾ ਜੀ ਉਹਨਾਂ ਨੇ? ਉਹਨਾਂ ਨੇ ਉੱਥੇ ਗੱਲ ਕੀਤੀ ਅਫਸਰਾਂ ਦੇ ਨਾਲ, ਮਾਨਸਰ ਦੇ ਨਾਲ ਗੱਲ ਕੀਤੀ ਹੈ ਕਿ ਇਹ ਮੇਰੇ ਨਾਲ ਜਸਟਿਸ ਕੀਤੀ ਜਾਵੇ, ਵੀ ਜਿਹੜਾ ਪੀਰੀਅਡ ਦੇ ਵਿੱਚ ਉਹ ਟਾਈਮ ਨਾਲ ਚਲਾਨ ਨੂੰ ਪੇਸ਼ ਕਰਨ ਦੀ ਰਿਕੁਐਸਟ ਕੀਤੀ ਹੈ। ਮੈਂ ਹੁਣ 17 ਜੁਲਾਈ ਤੱਕ ਇਹੀ ਦੇਖਣਾ ਕਿ ਟਾਈਮ ਪੀਰੀਅਡ ਦੇ ਅੰਦਰ ਚਲਾਨ ਪੇਸ਼ ਹੁੰਦਾ ਜਾਂ ਨਹੀਂ ਹੁੰਦਾ। ਕੋਰਟ ਤੋਂ ਜਿਹੜੀ ਮੈਰਿਜ ਉਸ ਬੰਦੇ ਨੇ ਲਗਾ ਰੱਖੀ ਸੀ, ਉਹਦਾ ਸੈਸ਼ਨ ਕੋਰਟ ਤੋਂ ਉਹ ਮੈਰਿਜ ਡਿਸਮਿਸ ਹੋ ਚੁੱਕੀ ਹੈ। ਕਦੀ ਮੈਂ ਮੀਡੀਆ ਦੇ ਅੱਗੇ ਆ ਕੇ ਖੁੱਲ੍ਹ ਕੇ ਬੋਲੀ ਨਹੀਂ ਇਸ ਦੇ ਬਾਰੇ। ਉਹ ਇੱਕ ਫੇਕ ਮੈਰਿਜ ਬਣਾਈ ਗਈ ਸੀ, ਉਹ ਕੁਛ ਨਹੀਂ ਸੀ। ਆਪਣੇ ਆਪ ਨੂੰ ਇੱਕ ਰੇਪ ਕੇਸ ਤੋਂ ਬਚਾਉਣ ਲਈ ਉਹਨਾਂ ਸਭ ਨੇ ਉਹ ਕੀਤਾ ਸੀਗਾ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਾ ਦਿਓ ਬੈਲ ਦਾ ਆਈਕਾਨ।